ਕੀ ਹੁੰਦਾ ਸੀ ਮੇਲੇ 'ਚ? ਉਹ ਰਾਮ ਸੀਤਾ ਦੀ ਕਹਾਣੀ ਸੁਣਾਉਂਦੇ ਸੀ, ਤਾਂ ਜਿਹਨੇ ਸੀਤਾ ਨੂੰ ਚੁੱਕ ਕੇ ਖੜਿਆ ਸੀ ਨਾ, ਉਹਦਾ ਨਾਂ ਦੁਸਹਿਰਾ ਸੀ, ਦਸਾਂ ਸਿਰਾਂ ਵਾਲਾ। ਉਹਦੀ ਬਣਾਈ ਹੁੰਦੀ ਸੀ ਉਹਨਾਂ ਨੇ 11-12 ਫੁੱਟ ਫੋਟੋ, ਇੰਨੇ ਕੁ ਥਾਂ ਦੇ ਵਿੱਚ ਮਤਲਬ ਢਾਂਚਾ ਚੁੱਕ ਕੇ ਅਤੇ 11-12 ਫੁੱਟਾਂ 'ਤੇ ਖੜਿਆ ਹੁੰਦਾ ਸੀ। ਉਹ 9 ਦਿਨ ਕਹਾਣੀਆਂ ਮਤਲਬ ਉਹ ਸੁਣਾਉਂਦੇ ਹੁੰਦੇ ਸੀ, ਅਤੇ 10ਵੇਂ ਦਿਨ ਉਹਨੂੰ ਮਾਰ ਛੱਡਣਾ ਦੁਸਹਿਰੇ ਨੂੰ, ਅਤੇ ਮੇਲਾ ਖਤਮ। ਐਸਾ ਦੀ ਇੱਕ ਬਿਸਤਰਾ ਅਤੇ 7 ਭਾਂਡੇ, ਇਹ ਜ਼ਿੰਮੇਵਾਰੀ ਹੁੰਦੀ ਸੀ ਮਾਪਿਆਂ ਦੀ ਵੀ ਉਹਨਾਂ ਨੇ ਇਹ ਦਹੇਜ ਦੇਣਾ। ਦੱਸਦੀ ਸਾਰੇ ਪਿੰਡ 'ਚੋਂ ਜੇ ਚਾਹੀਏ ਵੀ 100 ਰੁਪਈਆ ਲੱਭਣਾ, ਅਤੇ ਸ਼ਾਇਦ ਹੀ ਹੈ ਜੇ 1-2 ਘਰਾਂ ਤੋਂ 100 ਰੁਪਈਆ ਲੱਭ ਜਾਏ, ਨਹੀਂ ਤਾਂ ਹਰ ਇੱਕ ਨੇ ਹੱਸ ਕੇ ਦੱਸ ਦੇਣਾ ਸੀ ਮੇਰੇ ਕੋਲ ਤਾਂ 15 ਰੁਪਈਏ ਆ, ਮੇਰੇ ਕੋਲ 13 ਰੁਪਈਏ। ਵੱਡਿਆਂ ਘਰਾਂ ਦੀ ਗੱਲ ਹੈ, ਮਾੜਿਆਂ ਵੱਲ ਤਾਂ ਕੋਈ ਜਾਂਦਾ ਹੀ ਨਹੀਂ। ਲੋਕੀ ਮਾਰ ਦਿੰਦੇ ਪਏ, ਵੱਢਦੇ ਕੱਟਦੇ ਨੇ ਪਏ, ਵਾਢਾ ਟੋਕੀ ਹੋਣ ਡੇ ਸੀਗੇ, ਬੇਭਾ ਵਾਢੀ ਟੋਕੀ ਹੁਣ ਤਾਂ ਇਸੇ ਗੱਲ ਤੋਂ ਤਾਂ ਡਰਦੇ ਆ। ਮਤਲਬ ਉਹ ਆਪਣਾ ਥੋੜ੍ਹਾ ਥੋੜ੍ਹਾ ਸਮਾਨ ਖਾਣ ਪੀਣ ਦੇ ਬਰਤਨ ਤੋਂ ਕੋਈ ਸਮਾਨ ਲੈ ਕੇ, ਬਿਮਾਰੀ ਆਈ ਸੀ ਬੜੀ ਜ਼ਬਰਦਸਤ, ਅਤੇ ਉਹ ਆਈ ਸੀ ਅੰਮ੍ਰਿਤਸਰ ਦੇ ਨਾਲ ਪਰਲੇ ਪਾਸੇ ਕਰਤਾਰਪੁਰ, ਉੱਥੇ ਆਣ ਕੇ ਆਈ ਸੀ। ਉਹ ਉਲਟੀਆਂ ਹੁੰਦੀਆਂ ਸੀ, ਉੱਥੇ ਆਣ ਕੇ ਤਾਂ ਨਹੀਂ ਸੀ ਹਮਲਾ ਕਰਦੇ, ਅਤੇ ਸਾਡੇ ਬਹੁਤ ਬੰਦੇ ਜਿਹੜੇ ਬਾਹਰ ਬਾਲਣ ਬੂਲਣ ਲੈਣ ਜਾਂ ਪਿਸ਼ਾਬ ਕਰਨ ਉਹ ਲਿਆ ਤਾਂ ਨਹੀਂ ਨਾ ਕੰਮ, ਅਤੇ ਸਾਡੇ ਜੰਗਲ ਹੀ ਜਾਂਦੇ ਹੁੰਦੇ ਸੀ ਪਿਸ਼ਾਬ ਕਰਨ, ਅਤੇ ਫਿਰ ਕਈਆਂ ਬੰਦਿਆਂ ਨੂੰ ਮਤਲਬ ਉਹਨਾਂ ਨੇ ਲੁਕੇ ਛੁਪੇ ਹੋਣਾ ਨਾ, ਅਤੇ ਕਈਆਂ ਨੂੰ ਮਤਲਬ ਉਹ ਸ਼ਹੀਦ ਕਰ ਦਿੰਦੇ। ਉਦੋਂ ਅੱਗੇ ਆਏ ਫਿਰ ਅੱਗੋਂ ਕਿੱਥੇ ਆਏ? ਅੱਗੋਂ ਅਸੀਂ ਆਏ ਫਿਰ ਢੱਡਾ ਸਨੌੜਾ ਸੀ ਉਹਦਾ ਨਾਂ, ਉੱਥੇ ਫਿਰ ਅਸੀਂ ਰਹੇ, ਉੱਥੇ ਸਾਡੇ 'ਤੇ ਹਮਲਾ ਹੋਇਆ। ਸਾਡੇ ਬਾਪ ਦੇ 3 ਸਾਲ ਜ਼ਮੀਨ ਨਾਲ ਨਹੀਂ ਪਏ, ਅਤੇ ਇਹੋ ਹੀ ਕਹਿੰਦੇ ਰਹੇ ਵੀ ਚੱਲ ਜਾਣਾ, ਉਹ ਆਰਡਰ ਆ ਗਿਆ, ਉੱਥੋਂ ਹੋ ਗਿਆ, ਫਲਾਣੇ ਨੇ ਕਹਿਤਾ, ਉਹ ਲਾਰਡ ਨੇ ਆ ਕਹਿਤਾ, ਅਸੀਂ ਚੱਲ ਜਾਣਾ, ਅਸੀਂ ਵਾਪਸ ਚੱਲ ਜਾਣਾ। ਵਾਲੇਕੁਮ ਅਸਲਾਮ ਵਰਹਮਤੁੱਲਾ। ਚਾਚਾ ਕੀ ਨਾਂ ਹੈ ਆਪਣਾ? ਮੇਰਾ ਨਾਮ ਮੁਹੰਮਦ ਅਸ਼ਰਫ। ਅੱਬਾ ਜੀ ਦਾ ਨਾਮ? ਅਬਦੁਲ ਗਨੀ। ਦਾਦੇ ਦਾ ਨਾਮ ਹੁੰਦਾ? ਅਬਦੁਲ ਹਫੀਜ਼। ਤੁਹਾਡੀ ਜ਼ਾਤ ਕੀ ਹੈ? ਅਵਾਨ ਕੁਤਬ ਸ਼ਾਹੀ। ਕਿੰਨੀ ਕੁ ਉਮਰ ਹੈ ਸਿਰੇ ਤੁਹਾਡੀ? 86-87 ਸਾਲ ਹੈ। ਸਹੀ, ਮਤਲਬ ਵੰਡੇ ਲਈ ਤੁਸੀਂ 12-13 ਸਾਲਾਂ ਦੇ ਸੋ? ਹਾਂ, ਮੈਂ ਤਕਰੀਬਨ 12 ਸਾਲਾਂ ਦਾ। ਅੱਛਾ, ਕਿਹੜਾ ਉਹ ਪਿੰਡ ਸੀ ਪਿੱਛੇ ਇੰਡੀਆ 'ਚ ਜਿੱਥੇ ਤੁਸੀਂ ਜੰਮੇ ਪਲੇ ਸੋ? ਸਾਡੇ ਪਿੰਡ ਦਾ ਨਾਮ ਬੁੱਢਿਆਲ ਸੀ ਜੀ, ਮਕੇਰੀਆਂ ਸ਼ਹਿਰ ਸੀ, ਸ਼ਹਿਰ ਤੋਂ ਅਸੀਂ ਤਕਰੀਬਨ 2-3 ਮੀਲ ਹਟ ਕੇ ਸੀ ਚੜ੍ਹਦੇ ਪਾਸੇ। ਤਹਿਸੀਲ ਕਿਹੜੀ ਸੀ ਇਹਦੀ? ਤਹਿਸੀਲ ਦਸੂਆ। ਜ਼ਿਲ੍ਹਾ? ਹੁਸ਼ਿਆਰਪੁਰ। ਇਹਦੇ ਜਿਹੜੇ ਆਲੇ ਦੁਆਲੇ ਦੇ ਕੁਛ ਪਿੰਡ ਸਨ ਨਾ, ਮੈਨੂੰ ਉਹਨਾਂ ਦੇ ਨਾਂ ਦੱਸ ਦਿਓ। ਸਾਤੋਂ ਲੈਂਦੇ ਪਾਸੇ ਬਾਗੋਵਾਲ ਸੀ, ਅਤੇ ਫਿਰ ਹਟ ਕੇ ਸ਼ਹਿਰ ਸੀ ਮਕੇਰੀਆਂ। ਸਾਤੋਂ ਚੜ੍ਹਦੇ ਪਾਸੇ ਸੀ ਗਾਲੜੀਆਂ, ਚਾਂਗਾਂ, ਮੁਰਾਦਪੁਰ, ਕੁਮਲੂ, ਬਾਗ ਤਗੜਾਲੀਆਂ, ਕੀਮੇ ਪੋਤੇ, ਬਲੜਾ, ਮਦੀਨਪੁਰ, ਕਿਸ਼ਨਪੁਰ, ਖਾਨਪੁਰ, ਮਨਸੂਰਪੁਰ, ਤਗੜਾਂ, ਇਹ ਬਸ ਇਹ ਸਾਡੇ ਆਏ। ਤੁਹਾਡੇ ਪਿੰਡ ਦੇ ਵਿੱਚ ਉਸ ਵੇਲੇ ਜਿਹੜਾ ਪਿੰਡ ਹੈ ਤੁਹਾਡਾ ਬੁੱਢਿਆਲ, ਇਹਦੇ ਵਿੱਚ ਕਿਹੜੀ ਕਿਹੜੀ ਜ਼ਾਤੀ ਅਤੇ ਕਿਹੜੀ ਕਿਹੜੀ ਬਲਾਦਰੀ ਦੇ ਲੋਕ ਰਹਿੰਦੇ ਸਨ ਉੱਥੇ? ਸਾਡੇ ਪਿੰਡ 'ਚ ਅਸੀਂ ਵਾਹਦ ਮਾਲਕ ਸੀ ਇੱਕ ਡੇਰੇ 'ਤੇ, ਦੂਸਰੇ ਡੇਰੇ 'ਤੇ ਸਈਅਦ ਸੀ, ਉਹ 2 ਘਰ ਸੀ। ਸਾਡੇ ਪਿੰਡ ਦਾ ਰਕਬਾ 128 ਤੀ ਸੀ, ਘੁਮਾ 128 ਏਕੜ ਕੁੱਲ ਰਕਬਾ ਸੀ ਸਾਡੇ ਪਿੰਡ ਦੀ ਮਲਕੀਅਤ। ਉਹਦੇ 'ਚੋਂ ਅੱਧ ਦੇ ਅਸੀਂ ਮਾਲਕ ਸੀ, ਅਤੇ ਅੱਧ ਦਾ ਇਹ ਸ਼ਹੀਦਾਂ ਦਾ ਘਰ ਸੀ। ਹਾਂ, ਹੈਦਰ ਅਲੀ ਅਤੇ ਨਜ਼ਰ ਸ਼ਾਹ, ਇਹ ਉਹਨਾਂ ਦੇ ਨਾਂ ਸੀ ਸ਼ਹੀਦਾਂ ਦੇ। ਅੱਛਾ, ਤੁਹਾਡੇ ਉਸ ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਨਹੀਂ, ਕੋਈ ਸਕੂਲ ਨਹੀਂ, ਬਲਕਿ ਇਹ ਹੈ ਕਿ ਮੈਂ ਜਿੰਨੇ ਪਿੰਡ ਗੁਣੇ ਹੈ ਇਹਨਾਂ 'ਚੋਂ ਇੱਕ ਪਿੰਡ 'ਚ ਮਨਸੂਰਪੁਰ ਦੇ ਵਿੱਚ ਸਕੂਲ ਸੀ, ਬਾਕੀ ਕਿਸੇ ਕੋਈ ਉਹ ਵੀ 5ਵੀਂ ਤੱਕ, ਹੋਰ ਕੋਈ ਸਕੂਲ ਨਹੀਂ। ਹਾਂ, ਤੁਸੀਂ ਸਕੂਲੇ ਪੜ੍ਹੇ ਹੋ ਉੱਥੇ? ਨਹੀਂ, ਮੈਂ ਉਹ ਸਾਡੇ ਸੀ 5-6 ਮੀਲ, ਮਕੇਰੀਆਂ ਸਾਡੇ ਕੋਲ 2-2.5 ਮੀਲ ਸੀ, ਅਸੀਂ ਮਕੇਰੀ ਜਾਂਦੇ ਨੇ ਪੜ੍ਹਨ। ਅੱਛਾ, ਮਕੇਰੀਆਂ ਜਿਹੜਾ ਤੁਹਾਨੂੰ ਮਾਸਟਰ ਪੜ੍ਹਾਉਂਦਾ ਸੀ ਕਿ ਤੁਹਾਨੂੰ ਉਹਦਾ ਨਾਂ ਹੁੰਦਾ? ਆਉਂਦਾ। ਕੌਣ ਸੀ? ਦੱਸਣਾ, ਉੱਥੇ ਮਾਸਟਰ ਇੱਕ ਮੰਗਲ ਸਿੰਘ ਸੀ, ਇੱਕ ਮੁਹੰਮਦ ਹੁਸੈਨ ਸੀ, ਇੱਕ ਫਤਿਹ ਮੁਹੰਮਦ ਸੀ, ਇਹਨਾਂ ਦੇ ਮੈਨੂੰ ਨਾਂ ਯਾਦ ਹੈ।
ਮੰਗਲ ਸਿੰਘ ਤੁਹਾਨੂੰ ਪਤਾ ਕਿਹੜੇ ਪਿੰਡ ਦਾ ਸੀ? ਸ਼ਹਿਰ ਦਾ ਸੀ, ਮਕੇਰੀਆਂ ਦਾ। ਮਕੇਰੀਆਂ ਸ਼ਹਿਰ ਦਾ ਸੀ। ਹਾਂ ਠੀਕ। ਅਤੇ ਮੁੰਮਾ ਸਿੰਘ ਅਤੇ ਦੂਜੇ ਜਿਹੜੇ ਨੇ ਦੋਵੇਂ? ਇਹ ਵੀ ਦੋਵੇਂ ਸ਼ਹਿਰ ਦੇ ਸੀ। ਪਿੰਡਾਂ 'ਚ ਤਾਂ ਕੋਈ ਇੰਨਾ ਹੁੰਦਾ ਹੀ ਨਹੀਂ ਸੀ ਪਹਿਲਾਂ, ਬਈ ਪੜ੍ਹਿਆ ਹੋਵੇ। ਜਿਹੜੇ ਉੱਥੇ ਪਿੰਡ ਦੇ ਵਿੱਚ ਸਿਰ ਪੱਗ ਵਾਲੇ ਬੰਦੇ ਸਨ, ਤੁਸੀਂ ਮੈਨੂੰ ਉਹਨਾਂ ਦਾ ਨਾਂ ਦੱਸ ਸਕਦੇ ਹੋ? ਮਸ਼ਹੂਰ ਮਸ਼ਹੂਰ ਜਿਹੜੇ ਲੋਕ ਸਨ ਵੱਡੇ, ਦੂਸਰਿਆਂ ਪਿੰਡਾਂ ਦੇ ਕਿ ਆਪਣੇ? ਆਪਣੇ ਪਿੰਡ ਦੇ। ਆਪਣੇ ਮੇਰੇ ਮਦਦ ਕੀਤੀ ਹੈ ਕਿ ਅਸੀਂ ਅਸੀਂ ਸੀ, ਹੋਰ ਤਾਂ ਹੋਰ ਹੈ ਕੋਈ ਨਹੀਂ। ਦੂਸਰੇ ਵਿੱਚ ਹੈਦਰ ਅਲੀ ਜਿਹੜਾ ਸਾਡੇ ਨਾਲ ਸੀਰੀ ਸੀ, ਉਹ ਹੈਦਰ ਅਲੀ ਅਤੇ ਨਜ਼ਰ ਸ਼ਾਹ ਸੀ। ਪਿੰਡ ਦੇ ਕਿੰਨੇ ਕੁ ਘਰ ਸਨ ਤਕਰੀਬਨ? ਪਿੰਡ ਦੇ ਮੈਂ ਜਿੰਨੇ ਦੱਸੇ, ਸਾਡੇ ਪਿੰਡ ਦੇ ਇੰਨੇ ਘਰ ਸੀ। ਹਿੰਦੂ ਸਿੱਖ ਪਿੰਡ 'ਚ ਵੀ ਸਨ ਰਹਿੰਦੇ ਆ? ਨਾ ਨਾ, ਕੋਈ ਕੋਈ ਖੈਰ। ਅਤੇ ਉਸ ਵੇਲੇ ਜਿਹੜੇ ਤੁਹਾਡੇ ਨਾਲ ਕੋਈ ਬੱਚੇ ਖੇਡਦੇ ਸਨ ਸਕੂਲ ਦੇ, ਜਦੋਂ ਤੁਸੀਂ ਜਾਂਦੇ ਸੋ ਜਾਂ ਪਿੰਡ ਦੇ 'ਚ ਇੱਧਰ ਉੱਧਰ, ਉਹਨਾਂ ਬਾਲਾਂ ਦੇ ਮੈਨੂੰ ਨਾਂ ਦੱਸ ਸਕਦੇ ਹੋ? ਉਹ ਸਾਡੇ ਕੋਲ ਬੱਚੇ ਤਾਂ ਸੀ, ਉਹ ਤੁਹਾਨੂੰ ਦੱਸਿਆ ਦੂਸਰਿਆਂ, ਇੱਕ ਨਜ਼ੀਰ ਸ਼ਾਹ ਸੀ, ਮਹਿਮੂਦ ਸ਼ਾਹ, ਬਸ਼ੀਰ ਅਤੇ ਰਿਆਸ, ਇਹ ਚਾਰੇ ਬੱਚੇ ਸੀ ਜਿਹਨਾਂ ਨੂੰ ਅਸੀਂ ਜਾਣਦੇ, ਜਿਹਨਾਂ ਨਾਲ ਖੇਡਦੇ ਰਹੇ। ਸਕੂਲ 'ਚ ਪੜ੍ਹਨ ਵਾਲੇ ਕੁਛ ਤੁਹਾਨੂੰ ਨਾਂ ਹੁੰਦੇ ਨੇ ਤੁਹਾਡੇ ਜਮਾਤੀਏ? ਸਾਡੇ ਜਮਾਤੀਏ ਉਹ ਸੀ ਗੁਲਾਮ ਮੁਹੰਮਦ, ਇੱਕ ਉਹ ਦੂਸਰੇ ਪਿੰਡ ਦਾ ਮੁਰਾਦਪੁਰ ਦਾ, ਅਤੇ ਫਿਰ ਇਹ ਹੈ ਬਈ ਇੱਕ ਲਤੀਫ ਸੀ ਆਪਣਾ, ਹੈਂ, ਫਿਰ ਉਹ ਸੀ ਇਹ ਗੁਲਾਮ ਸੂਰ ਹੋਣੀ ਗਾੜੀਆਂ ਦੇ, ਇਸ ਤਰ੍ਹਾਂ ਦੇ ਨਾਲ। ਹਿੰਦੂ ਸਿੱਖ ਬੱਚੇ ਨਹੀਂ ਸਨ ਇਹ? ਹਿੰਦੂ ਬੱਚੇ ਨਹੀਂ, ਇਹ ਤਾਂ ਸਾਡੇ ਜਿਹੜੇ ਸੀ ਨਾ ਆਂਢ ਗੁਆਂਢ ਜਿੰਨਿਆਂ ਦੇ ਨਾਲ ਆਏ, ਇੱਥੇ ਹਿੰਦੂ ਉਂਝੀਆਂ ਨਹੀਂ ਸੀ। ਹਿੰਦੂ ਬੱਚੇ ਪੜ੍ਹਦੇ ਸੀ ਉਹ ਮਕੇਰੀਆਂ ਦੇ ਸੀ। ਅੱਛਾ ਅੱਛਾ। ਹਾਂ, ਉਹ ਇੱਕ ਦਾ ਨਾਮ ਮੈਨੂੰ ਯਾਦ ਹੈ ਕਾਲੀਦਾਸ, ਇੱਕ ਦਾ ਨਾਂ ਸੀ ਮਹਿੰਦਰ, ਇਹਨਾਂ ਨੂੰ ਉਹਦੇ ਮੈਨੂੰ ਯਾਦ। ਤੁਹਾਡੇ ਨਾਲ ਪੜ੍ਹਦੇ ਸਨ? ਨਾ, ਸਾਡੇ ਨਾਲ ਪੜ੍ਹਦੇ। ਅੱਛਾ, ਉਦੋਂ ਜਿਹੜੇ ਬਾਲ ਸਨ ਆਪਸ ਵਿੱਚ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸਨ? ਉਹ ਬੱਚੇ ਉਦੋਂ ਖੇਡਦੇ ਹੁੰਦੇ ਸੀ, ਕਿਤੇ ਕਿਤੇ ਕੌਡੀਆਂ ਨਾਲ ਖੇਡਦੇ ਸੀ, ਕਿਤੇ ਇੱਦਾਂ ਠੀਕਰੀ ਸੁੱਟ ਕੇ ਤਾਂ ਚੱਪੇ ਮਿਣਦੇ ਸੀ ਉਹਨੂੰ, ਹੈਂ, ਠੀਕਰੀ ਖੁੱਤੀ ਕਹਿੰਦੇ ਸੀ, ਬਸ ਇਹੋ ਹੀ ਖੇਡਾਂ, ਜਾਂ ਗੁੱਲੀ ਡੰਡਾ ਸੀ। ਹਾਂ, ਪਿੰਡਾਂ ਦੇ ਵਿੱਚ ਇਹੋ ਹੀ ਖੇਡ ਸੀ। ਉੱਥੇ ਕੌਡੀ ਖੇਡੀ ਜਾਂਦੀ ਸੀ? ਕੌਡੀ ਖੇਡੀ ਜਾਂਦੀ ਸੀ, ਕੌਡੀ ਮਤਲਬ ਖੇਡੀ ਜਾਂਦੀ ਸੀ, ਖਾਸ ਕਰ ਮਤਲਬ ਹੈ ਕਿ ਮੇਲੇ ਮਸਾਵੇ ਛੋਟੇ ਛੋਟੇ ਹੁੰਦੇ ਸੀ ਤਾਂ ਫਿਰ ਉੱਥੇ ਦੰਗਲ ਇਹਨਾਂ ਦੇ ਪੇੜ ਪੋੜ ਹੁੰਦੇ ਸੀ। ਅੱਛਾ, ਉੱਥੇ ਕੋਈ ਮੇਲੇ ਲੱਗਦੇ ਸਨ ਆਲੇ ਦੁਆਲੇ ਪਿੰਡਾਂ 'ਚ? ਮੇਲੇ ਉੱਥੇ ਲੱਗਦੇ ਸੀ, ਘੱਟ ਲੱਗਦੇ ਸੀ। ਇੱਕ ਤਾਂ ਇਹ ਹਿੰਦੂਆਂ ਦਾ ਮੇਲਾ ਹੁੰਦਾ ਸੀ ਦੁਸਹਿਰਾ, ਉਹ ਲੱਗਦਾ ਹੁੰਦਾ ਸੀ, ਰਾਮ ਲਕਸ਼ਮਣ ਦੇ ਸੀਤਾ ਦਾ ਉਹ ਕਿੱਸਾ ਕਹਾਣੀ ਸੀ, ਉਹਦੇ ਬਾਰੇ 'ਚ ਉਹ 10 ਦਿਨ ਰੱਖਦੇ ਸੀ। ਅਤੇ ਜਿਹੜੇ ਸਾਡੇ ਮੇਲੇ ਸੀ ਉਹ ਇਹੋ ਵੀ ਕਿਤੇ ਉਰਸਸ ਦੇ ਉੱਤੇ ਕਿਸੇ ਬਜ਼ੁਰਗ ਦੇ ਮਤਲਬ ਹੋਇਆ ਤਾਂ ਉਹ ਕਿਸੇ ਨੇ ਮਤਲਬ ਹੋ ਕਰਾ ਲਿਆ, ਉਹਦੇ ਡਿਆਮ ਮਿਲਣ। ਕੋਈ ਮੇਲਾ ਵੇਖਿਆ ਤੁਸੀਂ ਉੱਥੇ? ਮੇਲਾ ਜਿਹੜਾ ਦੇਖਿਆ ਉਹ ਤਾਂ ਦੁਸਹਿਰੇ ਦਾ ਹੀ ਦੇਖਿਆ, ਹਿੰਦੂਆਂ ਦਾ ਹੀ। ਮੇਲੇ 'ਚ ਉਹ ਰਾਮ ਸੀਤਾ ਦੀ ਕਹਾਣੀ ਸੁਣਾਉਂਦੇ ਸੀ, ਤਾਂ ਜਿਹਨੇ ਸੀਤਾ ਨੂੰ ਚੁੱਕ ਕੇ ਖੜਿਆ ਸੀ ਨਾ, ਉਹਦਾ ਨਾਂ ਦੁਸਹਿਰਾ ਸੀ, ਦਸਾਂ ਸਿਰਾਂ ਵਾਲਾ, ਉਹਦੀ ਬਣਾਈ ਹੁੰਦੀ ਸੀ ਉਹਨਾਂ ਨੇ 11-12 ਫੁੱਟ ਫੋਟੋ, ਇੰਨੇ ਕੁ ਥਾਂ ਦੇ ਵਿੱਚ ਮਤਲਬ ਢਾਂਚਾ ਚੁੱਕ ਕੇ ਅਤੇ 11-12 ਫੁੱਟਾਂ 'ਤੇ ਖੇਡਿਆ ਹੁੰਦਾ ਸੀ। ਉਹ 9 ਦਿਨ ਕਹਾਣੀਆਂ ਮਤਲਬ ਉਹ ਸੁਣਾਉਂਦੇ ਹੁੰਦੇ ਸੀ, ਅਤੇ 10ਵੇਂ ਦਿਨ ਉਹਨੂੰ ਮਾਰ ਛੱਡਣਾ ਦੁਸਹਿਰੇ ਨੂੰ, ਅਤੇ ਮੇਲਾ ਖਤਮ। ਅਤੇ ਡਰਾਮਾ ਸ਼ਰਾਮਾ ਕੋਈ ਖਾਣ ਪੀਣ ਜਿਹੜਾ ਉੱਥੇ ਹੁੰਦਾ ਸੀ ਉਹਦੇ ਬਾਰੇ? ਡਰਾਮਾ ਕੋਈ ਨਹੀਂ ਸੀ ਹੁੰਦਾ, ਸਰਕਸ ਆਉਂਦੀ ਜਾਂਦੀ ਸੀ, ਸਰਕਸ ਬੜੀ ਸ਼ਾਹੀ ਜਿਹੜੀ ਸੀ ਨਾ, ਹਿਸਾਬ ਨਾਲ ਹਿੰਦੁਸਤਾਨ ਦੀ ਜਿਹੜੀ ਟਾਪ ਦੀ ਸੀ, ਹੁਣ ਉਹਦਾ ਮੈਨੂੰ ਨਾਂ ਤਾਂ ਨਹੀਂ ਆਉਂਦਾ, ਸਰਕਸ ਜਾਂਦੀ ਸੀ। ਅਤੇ ਮੇਲੇ 'ਤੇ ਕਿੰਨੇ ਪੈਸੇ ਲੈ ਕੇ ਜਾਂਦੇ ਹੁੰਦੇ ਸੋ? ਪੈਸੇ ਬਹੁਤਿਆਂ ਕੋਲ 2-2 ਆਨੇ ਹੁੰਦੇ ਸੀ, ਅਤੇ ਕਈ ਮਤਲਬ ਆ ਬਗਲਾਂ 'ਚ ਹੱਸਦੇ ਕਿਤੇ ਹੋ ਆਉਂਦੇ ਸੀ। ਜਿਹੜਾ 2 ਆਨੇ ਲੈ ਕੇ ਜਾਂਦਾ ਸੀ ਆਹੋ, ਅਤੇ ਉਹ ਰੱਜ ਕੇ ਮੇਲਾ ਖਾ ਹੁੰਦਾ ਸੀ, ਉਹ ਕਾਫੀ ਗੁਜ਼ਰ ਕਰਦਾ, ਉਹਦੀ ਗੁਜ਼ਰ ਹੋ ਜਾਂਦੀ ਸੀ। ਹਾਂ, ਉਹ ਖੁਸ਼ ਹੁੰਦਾ ਸੀ, ਇੰਨੇ 'ਚ ਮੈਂ ਬੜੇ ਪੈਸੇ ਖਰਚੇ ਆ। ਜਿਹੜੀ ਤੁਹਾਡੀ ਉੱਥੇ ਜ਼ਮੀਨ ਸੀ ਉਹਨੂੰ ਪਾਣੀ ਕਿਹੜਾ ਲੱਗਦਾ ਸੀ? ਜ਼ਮੀਨ ਨੂੰ ਸਾਡੇ ਸੀ ਬੇਆਸ, ਜਿਸ ਦਰਿਆ ਨੂੰ ਕਹਿੰਦੇ ਬੇਆਸ ਹੈ, ਉਹਦੇ 'ਤੇ ਤਸੱਲੀ ਨਹੀਂ ਸੀ, ਕਦੀ ਸੁੱਕ ਗਿਆ ਅਤੇ ਕਦੀ ਆ ਗਿਆ। ਸਾਡੇ ਬੇਆਸ ਦੇ ਵਿੱਚੋਂ ਇੱਕ ਨਹਿਰ, ਜਿਹਦਾ ਹੈਡ ਹੁੱਡ ਕੋਈ ਨਹੀਂ ਸੀ, ਉੱਦਾਂ ਹੀ ਉਹਦੇ ਵਿੱਚੋਂ ਪਾਣੀ ਦਾ ਇੱਕ ਨਿਕਲ ਕੇ ਵਾਇਆ ਅਤੇ ਫਿਰ ਸਾਡੇ ਇਲਾਕਿਆਂ ਨੂੰ ਜਾਂਦਾ ਸੀ। ਉਸ ਨਹਿਰ ਦਾ ਨਾਂ ਸੀ ਸ਼ਾਹ ਨਹਿਰ, ਅਸੀਂ ਉਸ ਨਹਿਰ ਦਾ ਪਾਣੀ ਸਾਨੂੰ ਲੱਗਦਾ ਸੀ। ਹਾਂ, ਅੱਛਾ, ਉੱਥੇ ਤੁਸੀਂ ਕੁਛ ਵਿਆਹ ਵੀ ਵੇਖੇ ਨੇ? ਵਿਆਹ ਦੇਖੇ? ਹਾਂ, ਦੱਸੋ ਵਿਆਹ ਕਿਵੇਂ ਹੁੰਦੇ ਸਨ? ਵਿਆਹ ਦੇਖੇ ਹੈ, ਵਿਆਹਾਂ 'ਤੇ ਹੁੰਦਾ ਸੀ
ਜੰਜ ਦੀ ਜਿਹੜੀ ਰੋਟੀ ਹੁੰਦੀ ਸੀ, ਚੌਲ ਉਬਾਲੂ, ਚੌਲ ਉਬਾਲ ਲੈਣੇ ਅਤੇ ਮਿੱਟੀ ਦੀਆਂ ਸੈਣਕਾਂ ਉਹਨਾਂ ਨੂੰ ਕਹਿੰਦੇ ਸੀ, ਪਲੇਟਾਂ ਕਹੋ, ਉਹਦੇ ਵਿੱਚ ਇਹਨਾਂ ਨੇ ਪਾ ਦੇਣੇ ਸੁੱਕੇ, ਉੱਤੇ ਸ਼ੱਕਰ ਪਾਈ ਜਾਣੀ, ਜਾਂਜੀ ਖਾਈ ਜਾਣ ਤਾਂ ਫਾਰਗ ਹੁੰਦੇ ਜਾਣ, ਬਸ ਇਹੋ ਖੁਰਾਕ। ਜੰਜਾਂ ਰਾਤ ਵੀ ਰਹਿੰਦੀਆਂ ਸਨ ਉਦੋਂ? ਜੰਜਾਂ ਉਸ ਰੱਖਦੇ ਸੀ, ਘੱਟ ਜੰਜ ਸੀ ਜਿਹੜੀ ਸਾਰ ਦਿਹਾੜੀ ਪਰਤਦੀ ਸੀ, ਮਤਲਬ ਸ਼ਾਮ ਨੂੰ ਜਾਣਾ, ਜੰਜ ਨੇ ਰਾਤ ਉੱਥੇ ਰਹਿਣਾ ਅਤੇ ਸਵੇਰੇ ਪਰਤ ਕੇ ਆਪਣੇ ਘਰ। ਹਾਂ, ਹੁਣ ਜਹੇਜ਼ ਦਾ ਪੁੱਛੋ ਕਿਤੇ, ਜਹੇਜ਼ ਕੀ ਸੀ? ਹਾਂ, ਜਹੇਜ਼ ਜਿਹੜਾ ਉਹ ਉਸ ਵੇਲੇ ਦੇ ਵਕਤ ਦੇ ਹਿਸਾਬ ਜਿਹੜੀ ਚੱਲਦੀ ਸੀ ਨਾ ਆਮ ਰੂਟੀਨ, ਉਹਦੇ 'ਚ ਇਹ ਸੀ ਵੀ ਇੱਕ ਮੰਜੀ ਐਸਾ ਦੀ, ਇੱਕ ਬਿਸਤਰਾ ਅਤੇ ਸੱਤ ਭਾਂਡੇ, ਇਹ ਜ਼ਿੰਮੇਵਾਰੀ ਹੁੰਦੀ ਸੀ ਮਾਪਿਆਂ ਦੀ ਵੀ ਉਹਨਾਂ ਨੇ ਇਹ ਦਹੇਜ ਦੇਣਾ। ਆਹ ਜਿਹੜੇ ਆਮ ਸੀ, ਚਲੋ ਕੋਈ ਖਾਸ ਘਰ ਵੱਧ ਘੱਟ ਵੀ ਕਰ ਲੈਂਦਾ ਹੋਵੇਗਾ, ਨਹੀਂ ਆਮ ਜਿਹੜਾ ਇਹੋ ਹੀ ਚੱਲਦਾ ਸੀ। ਮਤਲਬ ਉੱਥੇ ਜ਼ਿੰਦਗੀ ਸੌਖੀ ਲੰਘਦੀ ਸੀ ਵੀ ਤੁਹਾਡੀ? ਜ਼ਿੰਦਗੀ ਬੜੀ ਬੜੀ ਸੌਖੀ ਸੀ, ਬੇਫਿਕਰੀ ਦੀ। ਆਹ ਉੱਦਾਂ ਆਇਆ ਕਿ ਬੜੀ ਤੰਗ ਦਸਤੀ, ਸਾਰੇ ਪਿੰਡ 'ਚੋਂ ਜੇ ਚਾਹੀਏ ਵੀ 100 ਰੁਪਈਆ ਲੱਭਣਾ ਅਤੇ ਸ਼ਾਇਦ ਹੀ ਹੈ ਜੇ ਇੱਕ ਦੋ ਘਰਾਂ ਤੋਂ 100 ਰੁਪਈਆ ਲੱਭ ਜਾਏ, ਨਹੀਂ ਤਾਂ ਹਰ ਇੱਕ ਨੇ ਹੱਸ ਕੇ ਦੱਸ ਦੇਣਾ ਸੀ ਮੇਰੇ ਕੋਲ ਤਾਂ 15 ਰੁਪਈਏ ਆ, ਮੇਰੇ ਕੋਲ 13 ਰੁਪਈਏ। ਵੱਡਿਆਂ ਘਰਾਂ ਦੀ ਗੱਲ ਹੈ, ਮਾੜਿਆਂ ਵੱਲ ਤਾਂ ਕੋਈ ਜਾਂਦਾ ਹੀ ਨਹੀਂ ਸੀ ਮੰਗਣਾ, ਇਹ ਹਿਸਾਬ ਸੀ। ਤੁਹਾਡੇ ਅਭਿਹਾਰੀ ਜਿਹੜੇ ਨੇ ਉਹ ਉੱਥੇ ਮਤਲਬ ਉੱਚੇ ਬੰਦੇ ਸਨ, ਸਿਰਕਰਤਾ ਬੰਦੇ ਸਨ ਉੱਥੋਂ ਦੇ? ਆਹ, ਇਹਨਾਂ ਦੀ ਆਲੇ ਦੁਆਲੇ ਦੀਆਂ ਪਿੰਡਾਂ 'ਚ ਕਿਸੇ ਨਾਲ ਯਾਰੀ ਦੋਸਤੀ ਆਇਆ ਸੀ? ਬੜੀ ਗਏ ਬੜੀ, ਇਹਨਾਂ ਦਾ ਕੰਮ ਹੀ ਯਾਰੀ ਦੋਸਤੀ ਵਾਲਾ ਸੀ, ਆਪ ਖੁਦ ਨਹੀਂ ਸੀ ਉਹਨਾਂ ਨੂੰ ਕੁਛ ਵੀ ਕੀਤਾ ਜੀ। ਸਾਡੇ ਕੋਲ ਸੀ ਜ਼ਮੀਨ ਕਾਫੀ ਸੀ ਅਤੇ 2 ਚੱਕੀਆਂ ਸੀ, ਚੱਕੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਸੀ ਫਰੀ, ਪਾਣੀ 'ਤੇ ਚੱਲਦੀਆਂ ਸੀ, ਉਹਨਾਂ ਨੂੰ 5 ਚੱਕੀ ਕਹਿੰਦੇ ਸੀ ਅਤੇ ਜਾਂ ਘਰਾਟ ਕਹਿੰਦੇ ਸੀ। ਉਹਦੇ 'ਤੇ ਖਰਚਾ ਕੁਛ ਨਹੀਂ ਸੀ ਹੁੰਦਾ, ਹਕੂਮਤ ਨੂੰ ਰੁਪਈਏ 24 ਦੇਈਦੀ ਸੀ ਸਾਲ ਦੇ, ਉਹਨਾਂ ਦੇ ਮਤਲਬ ਟੈਕਸ ਪਾਣੀ ਦੇ ਚੱਲਣ ਦਾ, ਅਤੇ ਬੇਭਾਅ ਆਮਦਨ ਹੁੰਦੀ ਸੀ। ਉਹ ਅਸੀਂ ਠੇਕੇ 'ਤੇ ਦੇ ਛੱਡਦੇ ਸੀ ਕਿਸੇ ਨੂੰ, ਉਹਦੇ ਨਾਲ ਦਾਣੇ ਕਰ ਲੈਣੇ, 200 ਮਣ 250 ਮਣ ਇੰਨਾ ਦੇ ਦਾਂਗਾ ਉਹਨੂੰ, ਥੋੜ੍ਹੇ ਬਚਣ ਉਹਨੂੰ ਬਹੁਤੇ ਬਚਣ ਉਹ ਜਾਣੇ। ਅਤੇ ਫਿਰ ਇਹ ਹੈ ਕਿ ਅੱਬਾ ਜੀ ਜਿਹੜੇ ਸੀ ਉਹ ਨਾ ਵਾਹੀ ਕਰਦੇ ਸੀ ਨਾ ਬੰਨਾ ਕਰਦੇ ਸੀ, ਖਰਚ ਪੱਤਾ ਗੁਜ਼ਰ ਗੁਜ਼ਾਰ ਹੋਈ ਅਤੇ ਇਕੱਲਾ ਭਰਾ ਸੀ ਸਾਡੇ ਬਾਪ ਦਾ, ਸਾਡਾ ਚਾਚਾ ਬਾਬਾ ਕੋਈ ਨਹੀਂ ਸੀ। ਉਹ ਫਿਰ ਇਹੋ ਸੀ ਵੀ ਤੁਹਾਡੇ ਕੋਲ ਚਲੇ ਗਏ, ਉੱਥੇ ਦੁਪਹਿਰ ਕੱਟੀ, ਉੱਥੇ ਸ਼ਾਹ ਇਲਾ ਕੱਟਿਆ, ਉੱਥੇ ਆਲੇ ਦੁਆਲਿਆਂ ਪਿੰਡਾਂ ਦੇ ਵਿੱਚ ਚੰਗੀ ਬਣ ਗਈ। ਉੱਧਰ ਉਹਨਾਂ ਦਾ ਯਾਰ ਦੋਸਤ ਕੌਣ ਸੀ ਕੋਈ ਹਿੰਦੂਆਂ ਸਿੱਖਾਂ 'ਚੋਂ ਜਿਹੜਾ ਉਹਨਾਂ ਕੋਲ ਆ ਕੇ ਬਹਿੰਦਾ ਸੀ ਡੇਰੇ ਸ਼ੇਰੇ 'ਤੇ? ਉਹਨਾਂ ਦਾ ਯਾਰ ਸੀ ਫਿਦਾ ਹੁਸੈਨ ਸੈਯਦ, ਇਹ ਮੁਰਾਦਪੁਰ ਦਾ ਸੀ। ਚੌਧਰੀ ਅਹਿਮਦ ਬਖਸ਼ੀ ਉਹ ਮਨਸੂਰਪੁਰ ਦਾ ਸੀ, ਤਗਰਾਲੀਆਂ ਦਾ ਸੀ ਗਾਮਾ ਗੁੱਜਰ, ਅਤੇ ਮਕੇਰੀਓ ਸੀ ਚੌਧਰੀ ਗੁਲਾਮ ਹੁਸੈਨ। ਸਿੱਖਾਂ ਹਿੰਦੂਆਂ 'ਚ ਕੋਈ ਦੋਸਤ ਨਹੀਂ ਸੀ ਹੈ? ਨਹੀਂ, ਸਿੱਖਾਂ 'ਚ ਸਾਡੇ ਸਿੱਖ ਉੱਥੇ ਹੈ ਘੱਟ ਸੀ, ਮਗਰ ਆਮ ਗੁਆਂਢ ਦੀਆਂ ਪਿੰਡਾਂ 'ਚ ਮਗਰ ਆਮ ਗੁਆਂਢ ਹੈ ਨਹੀਂ ਸੀ ਨਾ ਸਿੱਖ। ਅਤੇ ਜਦੋਂ 1947 ਆਇਆ ਸੀ ਫਿਰ, ਜਦੋਂ ਪਾਕਿਸਤਾਨ ਅਤੇ ਇੰਡੀਆ ਵੱਖਰੇ ਹੋਏ ਨੇ, ਅਤੇ ਉਦੋਂ ਕੀ ਹੋਇਆ ਮੈਨੂੰ ਉਹ ਦੱਸ ਦਿਓ। ਪਹਿਲੀ ਐਫ ਡੀ ਕਿਹੜੀ ਸ਼ਾਇਦ ਸੀ ਜਦੋਂ ਤੁਹਾਨੂੰ ਲੱਗਾ ਕਿ ਹੁਣ ਕੋਈ ਹਾਲਾਤ ਖਰਾਬ ਹੁੰਦੇ ਨੇ ਪਏ, ਤੁਸੀਂ ਸੁਣਿਆ ਜਦੋਂ ਹੁਣ ਇੱਥੋਂ ਸਾਨੂੰ ਜਾਣਾ ਪੈਣਾ? ਇੱਦਾਂ ਇਹ ਹੈ ਵੀ ਹੋਇਆ ਇਹ ਛੁੱਟੀਆਂ ਸੀ, ਜਿਹੜੀਆਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ, ਇਹਨਾਂ ਛੁੱਟੀਆਂ ਦਾ ਤਕਰੀਬਨ ਤੁਸੀਂ ਸਮਝੋ ਕੁ ਜੁਲਾਈ ਦੇ ਕਰੀਬ ਸੀ। ਹੈਂ, ਜੁਲਾਈ ਦੇ ਕਰੀਬ ਸੀ ਅਤੇ ਪਹਿਲੇ ਕੁਸ਼ਚਿਰ ਇਹ ਪਾਕਿਸਤਾਨ ਹਿੰਦੁਸਤਾਨ ਦੇ ਨਾਂ ਤੋਂ ਹੀ ਐਲਾਨ ਨਹੀਂ ਸੀ ਹੋਇਆ ਪਾਕਿਸਤਾਨ ਹਿੰਦੁਸਤਾਨ ਦਾ, ਮੁਸਲਮਾਨਾਂ ਦੇ ਤਾਂ ਹਿੰਦੂਆਂ ਦੇ ਝਗੜੇ ਪੈਦਾ ਸ਼ੁਰੂ ਹੋ ਗਏ। ਮੁਸਲਮਾਨ ਜਿਹੜੇ ਸੀ ਇਹ ਹਿੰਦੂਆਂ 'ਤੇ ਜਾ ਕੇ ਹਮਲਾ ਕਰਦੇ ਸੀ ਅਤੇ ਮਾਰਦੇ ਸੀ, ਹਿੰਦੂ ਜਿਹੜੇ ਉਹ ਮੁਸਲਮਾਨਾਂ ਨੂੰ ਮਾਰਦੇ ਸੀ ਇੱਦਾਂ ਕਰਦਿਆਂ ਕਤਰਦਿਆਂ, ਮਤਲਬ ਹੈ ਕੋਈ ਤਕਰੀਬਨ 3-4 ਕੁ ਮਹੀਨੇ ਲੰਘੇ ਹੋਣੇ। ਮੁੜ ਕੇ ਫਿਰ ਇੱਦਾਂ ਹੀ ਬਚ ਬਚਾ ਕੇ ਅਸੀਂ ਰਹਿੰਦੇ ਸੀ, ਮੁਸਲਮਾਨ ਉਹਨਾਂ ਤੋਂ ਉਹ ਸਾਤੋਂ ਬਚ ਕੇ ਰਹਿੰਦੇ ਸੀ, ਅਤੇ ਸੁੱਤਿਆਂ ਬੈਠੇ ਹੀ ਐਲਾਨ ਹੋ ਗਿਆ ਵੀ ਇੱਧਰ ਪਾਕਿਸਤਾਨ ਬਣ ਗਿਆ ਤਾਂ ਉੱਧਰ ਹਿੰਦੁਸਤਾਨ ਬਣ ਗਿਆ, ਤੁਸੀਂ ਪਾਕਿਸਤਾਨ ਦੇ ਵਿੱਚ ਜਾਣਾ। ਹਾਂ, ਅਤੇ ਅਸੀਂ ਫਿਰ ਇਹ ਆ ਵੀ ਸੁੱਤਿਆਂ ਬੈਠੇ ਖੜ੍ਹੇ ਪੈ ਰਹੀ, ਇਹ ਨਹੀਂ ਵੀ ਕੋਈ ਮਹੀਨਿਆਂ ਵੀਹਾਂ ਦੀ, ਇਹ ਫੌਰੀ ਤੌਰ 'ਤੇ ਜਿਹੜੇ ਖਬਰ ਮਿਲੀ ਹੈ ਤਾਂ ਉਸੇ ਲਈ ਅਸੀਂ ਆਪਣੇ ਬੋਰੀਏ ਬਿਸਤਰ ਬੰਨ੍ਹ ਕੇ ਅਤੇ ਇਹਦੇ ਨੂੰ ਸ਼ੁਰੂ ਕਰਤਾ ਕੋਚ। ਨੇੜੇ ਤਰੇੜੇ ਜਿਹੜੇ ਤੁਸੀਂ ਮੈਨੂੰ ਪਿੰਡ ਦੱਸੇ ਨੇ, ਹਾਂ, ਉਹਨਾਂ ਦੇ ਵਿੱਚੋਂ ਕਿਹੜੇ ਪਿੰਡ 'ਚ ਹਿੰਦੂਆਂ ਜਾਂ ਸਿੱਖਾਂ ਦੀ ਆਬਾਦੀ ਸੀ ਚੌਖੀ?
ਉਹ ਨੇੜੇ ਤੇ ਨੇੜੇ ਪਿੰਡ ਸੀ ਨਾ, ਉਦੋਂ 'ਚ ਇੱਕੋ ਹੀ ਪਿੰਡ ਸੀ, ਦੇਵੀਦਾਸ, ਸਾਤੋਂ ਲਹਿੰਦੇ ਪਾਸੇ ਸੀ, ਉੱਥੇ ਹਿੰਦੂਆਂ ਦੀ ਆਬਾਦੀ ਚੋਖੀ ਸੀ। ਜਿਹੜੇ ਸਾਡੇ ਪਿੰਡ ਸੀ ਇੱਥੇ, ਮਤਲਬ ਕੋਈ ਕੰਮੀ ਕਾਂਡੂ ਮਤਲਬ ਹਿੰਦੂ ਹੋ ਗਿਆ ਜਾਂ ਕੋਈ ਦੁਕਾਨਦਾਰ ਹਿੰਦੂ ਹੋ ਗਿਆ, ਇੰਨਾ ਕਿ ਇੰਨੀ ਨਫ਼ਰੀ ਉਹਨਾਂ ਦੀ ਨਹੀਂ ਸੀ ਕਿ ਜੋ ਮਤਲਬ ਪਿੰਡਾਂ 'ਚੋਂ ਪਿੰਡ ਦੇ ਵਿੱਚ ਹਮਲਾ ਹੋ ਸਕਣ ਜਾਂ ਕੋਈ ਨੁਕਸਾਨ ਪਹੁੰਚਾ ਸਕਣ। ਮਤਲਬ ਮੁਸਲਮਾਨਾਂ ਦਾ ਇਲਾਕਾ ਸੀ ਸਾਰਾ। ਹਾਂ, ਮੁਸਲਮਾਨਾਂ ਦਾ ਇਲਾਕਾ। ਜ਼ਮੀਨਾਂ 'ਚ ਕੰਮ ਕਰਨ ਵਾਲਾ ਹੁੰਦਾ ਜਾਂ ਫਿਰ ਲੁਹਾਰ ਹੁੰਦਾ, ਤਰਹਾਨ ਹੁੰਦਾ, ਮੋਚੀ ਮਾਛੀ, ਹਾਂ, ਤੁਹਾਡੇ ਉੱਥੇ ਕੋਈ ਹਿੰਦੂ ਐਸਾ ਕੰਮ ਹੈ ਜਿਹੜੇ ਸਨ? ਹਾਂ, ਉਹ ਹੈ ਸੀ। ਹਾਂ, ਉਹ ਕੌਣ ਸੀ? ਉਹ ਅੱਲਾ ਦਿੱਤਾ, ਨਹੀਂ ਕੀ ਗੁਰਾ ਦਿੱਤਾ। ਹਾਂ, ਗੁਰਾ ਦਿੱਤਾ ਮਤਲਬ ਇਹਨਾਂ ਦੇ ਪਿੰਡ ਸੀ ਤਰਖਾਣ। ਫਿਰ ਇਹ ਆ ਵੀ ਉੱਥੇ ਮੁਰਾਦਪੁਰ ਵੀ ਹਿੰਦੂ ਲੁਹਾਰ ਤਰਖਾਣ ਸੀ, ਬਾਕੀ ਸਾਡੇ ਮੁਸਲਮਾਨ ਹੀ ਹੁੰਦੇ। ਮੈਂ ਕਿਹਾ ਜਦੋਂ ਤੁਸੀਂ ਉੱਥੋਂ ਨਿਕਲੇ ਸੋ, ਆਹੋ, ਤੇ ਕਿਹੜਾ ਵੇਲਾ ਸੀ? ਵੇਲਾ ਤਕਰੀਬਨ ਤੁਸੀਂ 10-11 ਵਜੇ ਦਾ ਸਮਝ ਲਓ, ਅਸੀਂ ਜਿਹੜੇ ਨਿਕਲੇ 10-11 ਵਜੇ ਆ ਦਿਨੇ। ਕਿੰਨਾ ਕੁ ਸਮਾਨ ਤੁਸੀਂ ਨਾਲ ਲਿਆ ਸੀ ਉੱਥੋਂ? ਹਾਂ, ਸਮਾਨ ਇਹ ਹੈ ਵੀ ਸਮਾਨ ਤਾਂ ਘਰਾਂ ਦੇ ਵਿੱਚ ਬੁਰਾ ਜਿਹਾ ਹੀ ਹੁੰਦਾ, ਅਸੀਂ ਸਿਰਫ ਸਾਡਾ ਜਿਹੜਾ ਵਾਲੀ ਸੀ ਸਮਾਨ ਜਾਂ ਘਰ ਗਲਾ, ਅਸੀਂ ਇੱਕ ਗੱਡੇ ਦੇ ਉੱਤੇ ਕੁਛ ਰਾਸ਼ਨ ਅਤੇ ਕੁਛ ਜਿਹੜੇ ਵਰਤਣ ਆਪਣੇ ਇਸਤੇਮਾਲ ਦੇ ਸੀ ਉਹ ਲਏ ਸੀ, ਹੋਰ ਕੋਈ ਸ਼ਾਇਦ ਨਹੀਂ। ਕੋਈ ਮੰਜੀ ਪੀੜੀ ਨਹੀਂ, ਕੋਈ ਕੱਪੜੇ ਬਿਸਤਰੀਆਂ ਲੈ ਰਹੇ ਆਉਂਦਿਆਂ, ਕੋਈ ਮੰਜੀ ਮੁੰਜੀ ਨਹੀਂ ਸੀ, ਭੁੰਦੇ ਵਿਛਾਰਾਂ ਨਹੀਂ ਚਟਾਈ ਉੱਤੇ। ਤੁਸੀਂ ਉਦੋਂ ਉਹਨਾਂ ਦੀ ਨਾ ਜਦੋਂ ਤੁਸੀਂ ਉੱਥੋਂ ਨਿਕਲੇ ਹੋ ਤੇ ਵਡੇਰਿਆਂ ਕੋਲ ਸੁਣਦੇ ਸੋ ਕਿ ਕਿਧਰੇ ਹਮਲੇ ਹੁੰਦੇ ਨੇ ਪਏ ਜਾਂ ਇੰਝ ਜਿਵੇਂ ਇੱਕ ਡਰ ਹੁੰਦਾ ਬੰਦੇ ਨੂੰ? ਹਾਂ, ਉਦੋਂ ਮੈਂ ਸਾਰਾ ਕੁਝ ਹੈ ਸੀ। ਵਾਢਾ ਟੋਕੀ ਹੋਣ ਡੇ ਸੀਗੇ ਬੇਬਾ ਵਾਢੀ ਟੋਕੀ, ਹੁਣ ਤਾਂ ਇਸੇ ਗੱਲ ਤੋਂ ਤਾਂ ਡਰਦੇ ਹਾਂ, ਮਤਲਬ ਆ ਉਹ ਆਪਣਾ ਥੋੜ੍ਹਾ ਥੋੜ੍ਹਾ ਸਮਾਨ ਖਾਣ ਪੀਣ ਦੇ ਬਰਤਨ ਤੋਂ ਉਹ ਸਮਾਨ ਲੈ ਕੇ ਤਾਂ ਮਤਲਬ ਚੱਲ ਪਏ ਸੀ। ਫਿਰ ਸਾਤੋਂ 4-5 ਮੀਲ ਦੇ ਉੱਤੇ ਸੀ ਇੱਕ ਪਿੰਡ ਖਾਨਪੁਰ, ਇਹ ਆਲੇ ਦੁਆਲੇ ਦੇ ਜਿੰਨੇ ਪਿੰਡ ਸੀ ਨਾ ਇਹ ਸਾਰੇ, ਫਿਰ ਆਣ ਕੇ ਤਾਂ ਖਾਨਪੁਰ ਉੱਥੇ ਕੈਂਪ ਲੱਗਾ, ਉੱਥੇ ਰਹੇ। ਹੈਂ, ਉੱਥੇ ਫਿਰ ਉਹਦਾ ਮਹਿਫੂਜ ਹੋ ਗਏ ਸੀਗੇ ਹਮਲਿਆਂ ਤੋਂ। ਅਤੇ ਬਾਕੀ ਤੁਸੀਂ ਪਿੰਡੋਂ ਨਿਕਲ ਕੇ ਤੇ ਪਹਿਲਾਂ ਖਾਨਪੁਰ ਆਏ ਸੋ? ਪਹਿਲੇ ਖਾਨਪੁਰ ਆਏ ਸੀ। ਹਾਂ, ਉੱਥੇ ਕੈਂਪ ਲੱਗਾ ਸੀ? ਉੱਥੇ ਕੈਂਪ ਲੱਗਾ। ਹਾਂ, ਬੜਾ ਵੱਡਾ ਕੈਂਪ ਤਾਂ ਤਕਰੀਬਨ ਮੇਰਾ ਖਿਆਲ ਹੈ ਫਿਰ ਮਹੀਨਿਆਂ ਵਧੀ, ਮਹੀਨਾ ਸਵਾ ਮਹੀਨਾ ਕੰਮ ਅੱਜ ਕੰਮ ਅਸੀਂ ਉੱਥੇ ਕੰਮ ਕਰੇ। ਹਾਂ, ਅਤੇ ਉੱਥੇ ਖਾਣ ਪੀਣ ਫਿਰ ਰਹਿਣ ਸਹਿਣ ਕਿਵੇਂ ਚੱਲਦਾ ਰਿਹਾ ਸੀ? ਉਹ ਖਾਣ ਪੀਣ ਇਹ ਹੈ ਵੀ ਇੱਕ ਤਾਂ ਉਹ ਪਿੰਡ ਵੀ ਵੱਡਾ ਸੀ ਅਤੇ ਉੱਥੇ ਵੀ ਰਾਸ਼ਨ ਬੜਾ ਸੀ, ਦੂਸਰੇ ਜਿਹੜੇ ਆਲੇ ਦੁਆਲੇ ਪਿੰਡ ਸੀ ਉੱਥੇ ਕਿ ਹਿੰਦੂ ਦਾ ਕਬਜ਼ਾ ਨਹੀਂ ਸੀ, ਉੱਥੋਂ ਜਾ ਕੇ ਦਿਨੇ ਬਾਅਦ ਰਾਤੀ ਬੰਦੇ ਦੋ ਦੋ ਚਾਰ ਚਾਰ ਜਾ ਕੇ ਤਾਂ ਆਪਣਾ ਰਾਸ਼ਨ ਜਿਹੜਾ ਉਹ ਲੈ ਆਉਂਦੇ ਸੀ। ਹਾਂ, ਅਤੇ ਕੈਂਪ 'ਚ ਕੋਈ ਬਿਮਾਰੀ ਤਾਂ ਨਹੀਂ ਸੀ ਪੁੱਟੀ ਹੈ ਜਿਵੇਂ ਹੈਜ਼ਾ ਸ਼ੈਜ਼ਾ ਦਾ? ਬਿਮਾਰੀ ਆਈ ਸੀ ਬੜੀ ਜ਼ਬਰਦਸਤ, ਉਹ ਆਈ ਸੀ ਅੰਮ੍ਰਿਤਸਰ ਦੇ ਨਾਲ ਪਰਲੇ ਪਾਸੇ ਕਰਤਾਰਪੁਰ, ਉੱਥੇ ਆਣ ਕੇ ਆਈ ਸੀ। ਉਹ ਉਲਟੀਆਂ ਹੁੰਦੀਆਂ ਸੀ ਅਤੇ ਚੱਲ ਆਓ ਗਏ, ਬਹੁਤ ਉੱਥੇ ਬਹੁਤ ਨੁਕਸਾਨ ਹੋਇਆ ਬਿਮਾਰੀ ਨੇ ਬਹੁਤ ਜ਼ਬਰਦਸਤ। ਅੱਛਾ, ਖਾਨਪੁਰ ਤੋਂ ਜਦੋਂ ਤੁਸੀਂ ਨਿਕਲੇ ਸੋ, ਹਾਂ, ਅਤੇ ਫਿਰ ਅੱਗੋਂ ਤੁਸੀਂ ਫਿਰ ਪਹਿਲਾਂ ਕਿੱਥੇ ਆਏ ਸਭ ਤੋਂ ਪਹਿਲਾਂ? ਹਾਂ, ਮੈਂ ਦੱਸਣਾ, ਖਾਨਪੁਰੋਂ ਨਿਕਲ ਕੇ ਤਾਂ ਅਸੀਂ ਤਹਿਸੀਲ ਜਿਹੜੀ ਸਾਡੀ ਦਸੂ ਹੈ ਨਾ ਉੱਥੇ ਆਏ ਸੀ। ਉੱਥੇ ਇੱਕ ਪਿੰਡ ਸੀ ਅਸਮਾਨਪੁਰ, ਅਸਮਾਨਪੁਰ ਆ ਉੱਥੇ ਅਸੀਂ ਵਾਹਵਾ ਚਿਰ ਰਹੇ। ਆ ਉਹ ਫਿਰ ਕਾਫੀ ਚਿਰ ਉੱਥੇ ਰਹੇ, ਉੱਥੇ ਵੀ ਕੈਂਪ ਸੀ, ਉੱਥੇ ਵੀ ਕੈਂਪ ਸੀ, ਉੱਥੇ ਬਹੁਤ ਵੱਡਾ ਕੰਮ ਸੀ। ਹਾਂ, ਉੱਥੇ ਸਾਡੇ ਵਿੱਚ ਸਾਡੇ ਉੱਤੇ ਆਣ ਕੇ ਤਾਂ ਨਹੀਂ ਹਮਲਾ ਕਰਦੇ, ਤਾਂ ਸਾਡੇ ਬਹੁਤ ਬੰਦੇ ਜਿਹੜੇ ਬਾਹਰ ਬਾਲਣ ਬੂਲਣ ਲੈਣ ਜਾਂ ਪਿਸ਼ਾਬ ਕਰਨ ਉਹ ਲਿਆ ਤਾਂ ਨਹੀਂ ਨਾ ਕੰਮ, ਅਤੇ ਸਾਡੇ ਜੰਗਲ ਹੀ ਜਾਂਦੇ ਹੁੰਦੇ ਸੀ ਪਿਸ਼ਾਬ ਕਰਨ, ਤਾਂ ਫਿਰ ਕਈਆਂ ਬੰਦਿਆਂ ਨੂੰ ਮਤਲਬ ਉਹਨਾਂ ਨੂੰ ਲੁਕੇ ਛੁਪੇ ਹੋਣਾ ਨਾ, ਅਤੇ ਕਈਆਂ ਨੂੰ ਮਤਲਬ ਉਹ ਸ਼ਹੀਦ ਕਰ ਦਿੰਦੇ, ਕੁਛ ਲੋਕ ਮਰੇ ਸਨ ਮਤਲਬ ਮਰੇ। ਬੜੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਉਦੋਂ ਅੱਗੇ ਆਏ ਫਿਰ ਅੱਗੋਂ ਕਿੱਥੇ ਆਏ? ਅੱਗੋਂ ਅਸੀਂ ਆਏ ਫਿਰ ਢਿੱਡਾ ਸਨੌੜਾ ਸੀ ਉਹਦਾ ਨਾਂ, ਉੱਥੇ ਫਿਰ ਅਸੀਂ ਰਹੇ, ਉੱਥੇ ਸਾਡੇ 'ਤੇ ਹਮਲਾ ਹੋਇਆ ਬੜਾ ਜ਼ਬਰਦਸਤ। ਠੇਕਾ ਲਿਆ ਤੁਸੀਂ ਨਾਂ ਲਿਆ, ਕੀ ਨਾਂ ਹੈ ਪਿੰਡ ਦਾ? ਢਿੱਡਾ ਸਨੌੜਾ। ਇਹ ਵੀ ਹੁਸ਼ਿਆਰਪੁਰ ਵਿੱਚ ਹੀ ਸੀ? ਹਾਂ, ਇਹ ਵੀ ਹੁਸ਼ਿਆਰਪੁਰ ਸੀ। ਹਾਂ, ਸਹੀ। ਅਤੇ ਹਮਲਾ ਕੀਤਾ ਉਹਨਾਂ ਨੇ, ਕਿੰਨੇ ਕੁ ਬੰਦੇ ਮਰੇ ਸਨ ਫਿਰ ਉੱਥੇ ਤਕਰੀਬਨ? ਬੰਦੇ ਉੱਥੇ ਸਵਾਂ ਦੇ ਹਿਸਾਬ ਨਾਲ ਮਰੇ ਗਏ, ਸਵਾਂ ਦੇ ਸੈਕਿੰਡਾਂ ਦੇ ਹਿਸਾਬ ਦੇ ਨਾਲ ਬੰਦੇ ਉੱਥੇ ਮਰੇ ਗਏ, ਬੇਭਾਅ ਕੋਈ ਸਮਾਰ ਨੇ। ਕੈਂਪ ਦੇ ਉੱਤੇ ਹਮਲਾ ਹੋਇਆ ਸੀ? ਸਹੀ। ਅਤੇ ਇਹ ਹਿੰਦੂਆਂ ਸਿੱਖਾਂ ਨੇ ਕੀਤਾ ਸੀ ਮਤਲਬ ਰਲ ਮਿਲ ਕੇ? ਹਿੰਦੂਆਂ ਸਿੱਖਾਂ ਨੇ ਕੀਤਾ ਸੀ ਰਲ ਮਿਲ? ਹਾਂ, ਹਿੰਦੂਆਂ ਸਿੱਖਾਂ ਨੇ, ਸਿੱਖ ਹਿੰਦੂ ਘੱਟ ਸੀ, ਸਿੱਖ ਕਰਦੇ ਸਿੱਖ ਬਹੁਤੇ ਮੱਚੇ, ਅਸੀਂ ਵੀ ਮਾਰਦੇ ਸੀ। ਤਾਂ ਢੱਡੇ ਸਨੌੜੇ ਦੇ ਵਿੱਚ ਅਸੀਂ ਜਿਹੜੇ ਆਏ ਹਾਂ ਅਤੇ ਸਾਡੇ 'ਤੇ ਹਮਲੇ ਬੜੇ ਹੋਏ, ਤਾਂ ਫਿਰ ਉਹਨਾਂ ਨੇ ਇੱਦਾਂ ਦੇ 2-4 ਜਵਾਨ ਸਿੱਖਾਂ ਦੇ ਜਿਹੜੇ ਨਾ
ਮਾਰ ਕੇ ਪਤਾ ਨਹੀਂ ਸਾਡੇ ਬੰਦਿਆਂ ਤੋਂ ਮਾਰੇ ਜਾਂ ਮਾਰੇ ਉਹਨਾਂ ਨੇ, ਮਗਰ ਹੱਟੀਆਂ ਦੀ ਮਿਲਟਰੀ ਸੀ ਜਿਹੜੀ ਫਿਰ ਸਾਡਾ ਪਹਿਰਾ ਕਰਦੀ ਸੀ, ਉਹਨਾਂ ਨੇ ਫਿਰ ਮਾਰ ਕੇ ਤਾਂ ਦੱਸਿਆ ਸੀ ਇੱਦਾਂ ਸੜਕ 'ਤੇ ਜਿੱਥੇ ਸਾਡਾ ਕਾਫਲਾ ਜਾਂਦਾ ਸੀ ਇਸ ਪਾਸੇ ਲਾਸ਼ਾਂ ਕੁੜੀਆਂ 7-7 ਫੁੱਟ ਲਾਸ਼ਾਂ ਉਹਨਾਂ ਦੀਆਂ ਮਾਰ ਕੇ ਕਈ ਜਾਂ ਨੰਗੇ ਸੁੱਟੇ। ਆਹ ਸਿੱਖ ਕਰਦੇ ਸੀ ਹਮਲਾ, ਹਾਂ ਹਿੰਦੂ ਘੱਟ ਕਰਦੇ। ਫਿਰ ਤੁਹਾਡੇ ਸੁਣੇ ਤੂੰ ਅੱਗੋਂ ਫਿਰ ਤੁਸੀਂ ਕਿੱਥੇ ਆਏ? ਕਰਤਾਰਪੁਰ ਦਾ ਆਏ, ਕਰਤਾਰਪੁਰੋਂ ਫਿਰ ਅੱਗੇ ਅਸੀਂ ਅੰਮ੍ਰਿਤਸਰ ਆਏ। ਅੱਛਾ, ਅੰਮ੍ਰਿਤਸਰੋਂ ਫਿਰ ਵਗੇ ਆ ਗਏ। ਹਾਂ ਇੱਦਾਂ। ਅਤੇ ਅੱਗੋਂ ਫਿਰ ਰਾਹ ਦੇ ਵਿੱਚ ਕੋਈ ਹਮਲਾ ਨਹੀਂ ਹੋਇਆ ਤੁਹਾਡੇ ਉੱਤੇ? ਅੱਗੋਂ ਸਾਡੇ 'ਤੇ ਹਮਲਾ ਨਹੀਂ ਹੋਇਆ। ਦੋ ਵਜ੍ਹਾ ਸੀਗੀਆਂ, ਇੱਕ ਤਾਂ ਇਹ ਹੈ ਵੀ ਮਿਲਟਰੀ ਸਾਨੂੰ ਮਿਲ ਗਈ ਸੀ, ਮਿਲਟਰੀ ਮਤਲਬ ਸਾਡੀ ਹਿਫਾਜ਼ਤ ਕਰਦੀ ਸੀ, ਹੈਂ। ਅਤੇ ਦੂਸਰੇ ਨੰਬਰ 'ਤੇ ਮੱਲਾ ਜਾਂਡਾ ਪਈ, ਉਹ ਨਹੀਂ ਸੀ ਅੱਗੋਂ, ਨਹੀਂ ਸਾਡੇ 'ਤੇ ਹਮਲਾ। ਅੱਛਾ, ਫਿਰ ਤੁਸੀਂ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਤੋਂ ਅੱਗੇ ਫਿਰ? ਅੰਮ੍ਰਿਤਸਰ ਤੋਂ ਫਿਰ ਮਤਲਬ ਅੰਮ੍ਰਿਤਸਰ ਵੀ ਬਹੁਤ ਖਤਰਾ ਸੀ, ਬਹੁਤ ਜ਼ਿਆਦਾ ਖਤਰਾ ਸੀ, ਇੱਥੇ ਸਿੱਖ ਬਹੁਤ ਮੱਚੇ ਸੀ। ਫਿਰ ਇੱਥੇ ਵੀ ਮਿਲਟਰੀ ਨੇ ਮਤਲਬ ਨਾ, ਉੱਥੇ ਤਾਂ ਕਹਿੰਦੇ ਸੀ ਜਾਣ ਹੀ ਕਿਸੇ ਨਹੀਂ ਦੇਣਾ ਗਾ, ਤੋ ਅੱਲਾ ਨੇ ਇਮਦਾਦ ਕੀਤੀ, ਮਿਲਟਰੀ ਪਹੁੰਚ ਗਈ, ਫਿਰ ਅਸੀਂ ਉੱਥੋਂ ਚੱਲਦੇ ਚੱਲਦੇ ਵਾਗੇ ਆ ਗਏ। ਹਾਂ ਸਹੀ ਹੈ। ਫਿਰ ਵਾਗੇ ਤੋਂ ਅੱਗੇ ਹੁਣ ਪੂਰਾ ਸਫ਼ਰ ਸੁਣਾ ਦਿਓ ਨਾ ਇੱਥੇ ਹੁਣ ਤੱਕ ਦਾ। ਵਾਗੇ ਤੋਂ ਅੱਗੇ ਫਿਰ? ਵਾਗੇ ਤੋਂ ਅੱਗੇ ਫਿਰ ਬੌਲੀ ਕੈਂਪ ਜੀ, ਬੌਲੀ ਕੈਂਪ ਲੱਗੀ ਸੀ ਉਹ ਮਤਲਬ ਇੱਧਰ ਲਾਹੌਰ ਦੇ ਪਰਲੇ ਪਾਸੇ, ਉਹ ਜਿੱਧਰ ਭਗਾਲੀ ਹੈ ਉੱਧਰ, ਉੱਥੇ ਕੁਛ ਚਿਰ ਰਹੇ। ਇੱਥੇ ਆਣ ਕੇ ਫਿਰ ਮਤਲਬ ਐਡਾ ਕੈਂਪਾਂ ਦੇ ਵਿੱਚ ਨਹੀਂ ਰਹੇ, ਫਿਰ ਆਪੋ ਆਪਣੇ ਟਿਕਾਣੇ ਲੱਭਣ ਨੂੰ, ਕੋਈ ਇੱਧਰ ਦੌੜ ਗਿਆ, ਕੋਈ ਉੱਧਰ, ਕੋਈ ਦੌੜ ਗਿਆ ਉੱਧਰ। ਹਾਂ, ਫਿਰ ਤੁਸੀਂ ਉੱਥੋਂ ਪਹਿਲਾਂ ਸਭ ਤੋਂ ਐਸੇ ਪਿੰਡ 'ਚ ਆਏ ਸੋ? ਅਸੀਂ ਪਹਿਲੇ ਇੱਥੋਂ ਗਏ ਸੀ ਹੇਰੀ, ਹੇਰਾਂ ਇੱਕ ਪਿੰਡ ਹੈ ਲਾਹੌਰੋਂ ਪਰਾਂ, ਲਾਹੌਰੋਂ ਪਰਾਂ। ਆਹ ਅੱਛਾ, ਉੱਥੇ ਫਿਰ ਇਹ ਹੈ ਵੀ ਅਸੀਂ ਕੁਛ ਘਰ ਜਿਹੜੇ ਸਾਡੇ ਨਾਲ ਸੀ 10-12-14 ਘਰ, ਅਸੀਂ ਫਿਰ ਲੈ ਕੇ ਤਾਂ ਤੁਰ ਪਏ। ਉੱਥੇ ਬੈਠਿਆਂ ਸਾਨੂੰ ਪਤਾ ਲੱਗਾ ਭਈ ਸੋਧਰੇ ਦੇ ਵਿੱਚ ਮਕਾਨ ਵੀ ਹੈ ਅਤੇ ਜ਼ਮੀਨ ਵੀ ਹੈ, ਤਾਂ ਉੱਥੇ ਆਓ। ਆਹ ਅਸੀਂ ਫਿਰ ਆਣ ਕੇ ਵਜ਼ੀਰਾਬਾਦ ਠਾਣੇ ਦੇ ਕੋਲ ਇੱਥੇ ਰਹੇ, ਫਿਰ 20-25 ਦਿਨ ਰਹੇ, ਆਲੇ ਦੁਆਲੇ ਜਾਣਾ ਅਤੇ ਦੇਖਣਾ ਪਿੰਡ ਜ਼ਮੀਨ ਵੀ ਕਿੱਥੋਂ ਪਸੰਦ ਹੁੰਦੀ ਹੈ। ਅਸੀਂ ਫਿਰ ਇੱਥੇ ਜ਼ਮੀਨ ਜਿਹੜੀ, ਅਸੀਂ ਜ਼ਿਮੀਂਦਾਰ ਸੀ, ਇੱਥੇ ਦੀ ਜ਼ਮੀਨ ਬਹੁਤ ਕਾਬਲ ਸੀ, ਅਤੇ ਅਸੀਂ ਫਿਰ ਇਹਨੂੰ ਹੀ ਪਸੰਦ ਕੀਤਾ। ਇੱਥੇ ਆਣ ਕੇ ਅਸੀਂ ਹੋਰ ਕਿਤੇ ਗਏ। ਇਸ ਪਿੰਡ ਦਾ ਨਾਂ ਕੀ ਹੈ ਜਿਹੜਾ ਜਿੱਥੇ ਹੁਣ ਤੁਸੀਂ ਬੈਠੇ ਹੋ? ਹਾਂ, ਇਹਦਾ ਨਾਂ ਕੀ ਹੈ? ਇਹਦਾ ਨਾਂ ਰੱਖ ਭਰੋ ਕੀ ਹੈ ਕਾਗਜ਼ਾਂ 'ਚ, ਉੱਦਾਂ ਇਹਨੂੰ ਢੱਕੀ ਢੱਕੀ ਕਹਿੰਦੇ ਆ। ਇਹ 47 ਵਾਲੇ ਪਿੰਡ ਹੈ ਸੀ ਜਾਂ ਨਹੀਂ ਸੀ? ਇੱਥੇ ਪਿੰਡ ਹੈ ਸੀ ਜੀ, ਅਤੇ ਰਹਿੰਦੇ ਉਹ ਮਜ਼ਾਰੇ ਸੀ, 10-12 ਘਰ ਮਜ਼ਾਰਿਆਂ ਦੇ ਰਹਿੰਦੇ ਸੀ, ਹੋਰ ਮਾਲਕ ਵਸਨੀਕ ਇੱਥੇ ਕੋਈ ਨਹੀਂ ਸੀ। ਹਾਂ, ਜ਼ਮੀਨ ਦਾ ਮਾਲਕ ਜਿਹੜਾ ਸੀ ਨਾ ਉਹ ਕੋਈ ਨਹੀਂ ਸੀ ਇੱਥੇ। ਬਾਅਦ 'ਚ ਫਿਰ ਤੁਸੀਂ ਆ ਕੇ ਤੇ ਵਸਾਇਆ ਪਿੰਡ? ਹਾਂ ਹਾਂ। ਅਤੇ ਇਹਦੀ ਇਹਦੇ ਨਾਲ ਵੱਡਾ ਪਿੰਡ ਹੈ ਕਿਹੜਾ? ਭਰੋ ਕੇ ਜੀਮਾ। ਤਹਿਸੀਲ ਕਿਹੜੀ ਹੈ ਇਹਦੀ? ਉਹ ਵੀ ਵਜ਼ੀਰਾਬਾਦ ਜ਼ਿਲ੍ਹਾ ਇਹਦਾ, ਗੁਜਰਾਂਵਾਲਾ। ਜਦੋਂ ਤੁਸੀਂ ਇੱਥੇ ਆਏ ਸੋ ਅਤੇ ਉਦੋਂ ਇਹ ਭਰੋ ਕੇ ਚੀਮਾ ਜਿਹੜਾ ਪਿੰਡ ਹੈ, ਇਹਦੀ ਹਾਲਤ ਕਿੰਝ ਦੀ ਸੀ ਉਦੋਂ? ਉਜੜਿਆ ਸੀ ਇਹ ਵੀ? ਨਹੀਂ, ਇਹ ਪਿੰਡ ਬੜਾ ਆਬਾਦ ਸੀ ਸ਼ੁਰੂ ਤੋਂ ਹੀ, ਇਹ ਸਹੀ ਪਿੰਡ, ਪੱਕਾ ਪਿੰਡਾ, ਹਰ ਜ਼ਰੂਰੀ ਦੀ ਚੀਜ਼ ਇੱਥੋਂ ਸ਼ੁਰੂ ਤੋਂ ਲੱਭਦੀ ਰਹੀ ਹੈ, ਖਰੀਦੋ ਫਰੋਖਤ। ਅਤੇ ਬਾਕੀ ਇਹ ਵੀ ਠੀਕ ਠਾਕ ਸੀ। ਹਾਂ, ਇਹ ਪਿੰਡ ਸਹੀ ਸੀ। ਜਦੋਂ ਤੁਸੀਂ ਆਏ ਸਿੱਖ ਇੱਥੋਂ ਤੁਰ ਗਏ ਸਾਨੂੰ? ਹਾਂ, ਟੋਟਰਾ ਗਏ ਸੀ, ਕਿਤੇ ਸੁੰਘਣ ਨੂੰ ਵੀ ਨਹੀਂ ਲੱਭਦਾ ਸਿੱਖ ਤਾਂ। ਸਿੱਖਾਂ ਦੇ ਇੱਥੇ ਮਤਲਬ ਸਾਡੇ ਆਉਣ ਤੋਂ ਪਹਿਲੇ ਸਿੱਖਾਂ ਨੇ ਕਿਸੇ ਨੂੰ ਮਾਰਿਆ ਸੀ ਬਹੁਤ ਜ਼ਿਆਦਾ ਕਿਸੇ ਇਲਾਕੇ 'ਚ, ਅਤੇ ਫਿਰ ਮੁਸਲਮਾਨਾਂ ਨੇ ਇਕੱਠੇ ਹੋ ਕੇ ਤਾਂ ਨਿਜ਼ਾਮਾਬਾਦ ਹੈ ਇੱਥੇ ਗੱਡੀਆਂ ਡੱਕ ਲਈਆਂ ਸੀ। ਅਤੇ ਜ਼ਮੀਨ ਜਿਹੜੀ ਪਿੱਛੇ ਸੀ ਤੁਹਾਡੀ, ਫਿਰ ਇੱਥੇ ਆ ਕੇ ਤੁਹਾਨੂੰ ਉਹ ਪੂਰੀ ਪੈ ਗਈ ਸੀ? ਜਿੰਨੇ ਅਸੀਂ ਜਲੀਲ ਹੋਏ, ਖੁਆਰ ਹੋਏ, ਉਹਨਾਂ ਕੋਈ ਨਹੀਂ ਹੋਇਆ। ਸਾਨੂੰ ਜ਼ਮੀਨ ਇੱਥੇ ਪੂਰੀ ਨਹੀਂ ਸੀ ਲੱਭੀ ਕਿਸੇ ਵਜ੍ਹਾ ਤੋਂ, ਲੈ ਲਓ ਸਾਨੂੰ 40 ਕਮਾਂ ਜ਼ਮੀਨ ਲੱਭੀ ਸੀ ਹੈੱਡ ਕਾਦਰਾਬਾਦ। ਹਾਂਜੀ ਹਾਂਜੀ, ਉੱਥੇ ਕੋਈ 2-3 ਸਾਲ ਖਾਧੀ ਹੋ ਫਸਲ, ਉੱਥੇ ਫਿਰ ਹਕੂਮਤ ਨੇ ਉਹ ਜਿਹੜਾ ਏਰੀਆ ਸੀ ਨਾ ਉਹ ਹੈੱਡ ਵਾਸਤੇ ਮਖਸੂਸ ਕਰ ਲਿਆ, ਆਪਣੇ ਏਰੀਏ 'ਚ ਲੈ ਲਿਆ, ਉਹ ਸਾਡੀ ਤਾਂ ਉੱਧਰ ਜਾਂਦੀ ਰਹੀ। ਹਾਂ, ਕੁਛ ਪੰਡੋਰੀ ਸੀ, ਇਹ ਪੰਡੋਰੀਆਂ ਜਾਮਕਿਆਂ ਦੇ ਕੋਲ, ਹਾਂਜੀ, ਇੱਥੇ ਸੀ 15-18 ਕਮਾਂ, ਉਹ ਅਸੀਂ ਆਪ ਵੇਚ ਛੱਡੀ। ਇਹ ਇੱਥੇ ਸਾਡੇ ਕੋਲ ਹੁਣ ਤਕਰੀਬਨ 50 ਕਮਾਵਾਂ ਦੇ ਨੇੜੇ ਸੀ। ਹਾਂ, ਅਤੇ ਕਦੀ ਪਿੰਡ ਪਿੱਛੇ ਵੇਖਣ ਗਏ ਹੋ ਕਦੀ? ਨਹੀਂ ਨਹੀਂ ਗਏ। ਯਾਦ ਆਉਂਦਾ? ਯਾਦ ਤਾਂ ਬੜਾ ਆਉਂਦਾ ਕਿ ਬੜੇ ਸੁੱਖ ਸੀ, ਅਸੀਂ ਬਾਦਸ਼ਾਹ ਸੀ ਆਜ਼ਾਦ, ਇੱਥੇ ਆਣ ਕੇ ਜਿੰਨੀਆਂ ਪਰੇਸ਼ਾਨੀਆਂ ਦੇਖੀਆਂ ਨਾ ਉਹ ਸਾਨੂੰ ਹੀ ਪਤਾ, ਕੋਈ ਉਹਦਾ ਅੰਦਾਜ਼ਾ ਨਹੀਂ ਕਰ ਸਕਦਾ। ਅਤੇ ਬਾਕੀ ਇਹ ਹੈ ਵੀ ਉੱਧਰ ਬੜਾ ਸਹੀ ਮੇਲ ਮੁਲਾਕਾਤ ਸੀ ਹਿੰਦੂਆਂ ਨਾਲ ਵੀ, ਮੁਸਲਮਾਨਾਂ ਨਾਲ, ਸਿੱਖਾਂ ਨਾਲ, ਤਕਲੀਫ ਨਹੀਂ ਸੀ ਕਿਸੇ ਚੀਜ਼ ਦੀ, ਕਮੀ ਨਹੀਂ ਸੀ, ਕਮੀ ਕੁਛ ਤੋਂ ਯਾਦ ਤਾਂ ਫਿਰ ਆਉਂਦਾ ਹੀ ਨਾ।
ਕਾਰੋਬਾਰ ਖਾਬਾਂ 'ਚ ਆਉਂਦਾ, ਰਾਤੀ ਸੁੱਤਿਆਂ ਪਿਆ ਘਰ ਤੁਰ ਜਾਂਦੇ ਹੋ ਉੱਥੇ? ਹਾਂ ਹਾਂ, ਉਹ ਪਤਾ ਸਾਨੂੰ ਜ਼ਮੀਨ ਵੀ ਕਿਉਂ ਨਹੀਂ ਮਿਲੀ? ਹਾਂਜੀ, ਹੁਣ ਜਿਹਦੀ ਇੰਨੀ ਜਾਇਦਾਦ ਗਈ ਹੋਵੇ ਨਾ, ਹਾਂਜੀ, ਉਹਦੇ ਹਵਾਲ ਕਿੱਥੇ ਠੀਕ ਰਹਿੰਦੇ? ਸਾਡੇ ਬਾਪ ਦੇ 3 ਸਾਲ ਜ਼ਮੀਨ ਨਾਲ ਨਹੀਂ ਪਏ, ਅਤੇ ਉਹੀ ਕਹਿੰਦੇ ਰਹੇ ਵੀ ਚੱਲ ਜਾਣਾ, ਉਹ ਆਰਡਰ ਆ ਗਿਆ, ਉੱਥੋਂ ਹੋ ਗਿਆ, ਫਲਾਣੇ ਨੇ ਕਹਿਤਾ, ਉਹ ਲਾਰਡ ਨੇ ਆ ਕਹਿਤਾ, ਅਸੀਂ ਚੱਲ ਜਾਣਾ, ਅਸੀਂ ਵਾਪਸ ਚੱਲ ਜਾਣਾ, ਬਸ ਇੱਦਾਂ ਬੋਸ ਕੇ ਪਏ ਰਹੇ, ਅਤੇ ਅਸੀਂ ਫਿਰ ਇੱਦਾਂ ਬੜੇ ਖੱਜਲ ਖਰਾਬ ਹੋਏ। ਅਤੇ ਜੇ ਪਿੰਡ ਵਾਪਸ ਤੁਹਾਨੂੰ ਆਖਿਆ ਜਾਏ ਕਿ ਵੇਖਣ ਵਾਸਤੇ, ਤੁਸੀਂ ਜੋਧੇ ਵੇਖਣ ਵਾਸਤੇ ਪਿੰਡ? ਦੇਖਣ ਵਾਸਤੇ ਤਾਂ ਅਸੀਂ 100 ਵਾਰੀ ਭੱਜ ਭੱਜ ਕੇ ਜਾਂਦੇ ਹਾਂ, ਰਹਿਣ ਵਾਸਤੇ ਨਹੀਂ। ਅੱਛਾ, ਥੋੜ੍ਹਾ ਸਰ ਆਪਣੇ ਘਰ ਦਾ ਨਕਸ਼ਾ ਦੱਸ ਚਲੋ, ਤਾਂ ਕਿ ਪਤਾ ਲੱਗੇ ਕਿ ਤੁਹਾਨੂੰ ਕਿੰਨਾ ਕੁ ਯਾਦ ਆਉਂਦਾ। ਕਿੰਝ ਦਾ ਨਕਸ਼ਾ ਸੀ ਘਰ ਦਾ? ਹਾਂ, ਉਸ ਘਰ ਦਾ ਥੋੜ੍ਹਾ ਨਕਸ਼ਾ ਦੱਸੋ, ਕਿੰਝ ਦਾ ਸੀ ਘਰ ਉਹ? ਉਹ ਮਕਾਨ ਮੈਂ ਪਹਿਲੇ ਅਰਜ਼ ਕੀਤਾ ਵੀ ਉਹ ਉੱਥੇ ਮਕਾਨ ਤਾਂ ਸਾਡੇ ਸੀ ਨਾ, ਅਸੀਂ ਆਪਣੇ ਜਿਹੜੇ ਮਜ਼ਾਰੇ ਰੱਖੇ ਸੀ ਨਾ, ਉਹਨਾਂ ਲਈ 6-7 ਘਰ ਰੱਖੇ ਸੀ। ਹਾਂਜੀ, ਸਾਡੇ ਘਰ ਦਾ ਨਕਸ਼ਾ ਇਹ ਸੀ ਵੀ ਤਕਰੀਬਨ ਕਨਾਲ ਥਾਂ ਜਿਹੜੀ ਸੀ ਨਾ, ਉਹ 36 ਸੀ। ਹਾਂ, ਉਹਦੇ ਵਿੱਚ ਇੱਕ ਪਾਸੇ ਲਹਿੰਦੇ ਪਾਸੇ ਵੀ ਮਕਾਨ ਸੀ, ਇੱਧਰ ਲਹਿੰਦੇ ਪਾਸੇ ਮਕਾਨ ਸੀ, ਮਕਾਨਾਂ ਦੇ ਨਾਲ ਇਸ ਪਾਸੇ ਬਵਰਚੀ, ਇਸ ਪਾਸੇ ਬਰਾਂਡਾ, ਉਹਦੇ ਨਾਲ ਘੋੜੀ ਦਾ ਮਤਲਬ ਮਕਾਨ, ਅਤੇ ਦੂਸਰੇ ਪਾਸੇ ਜਿਹੜੇ ਸੀ ਫਿਰ ਹੈ ਜਿੱਥੇ ਰਹਿੰਦੇ ਸੀ, ਉਹਦੇ 'ਚ ਵੀ ਇੱਕ ਕੋਠੜੀ ਸੀ, 2 ਕਮਰੇ ਸੀ ਪੱਕੇ। ਹੈਂ, ਉਦੋਂ ਸਾਨੂੰ ਪੱਕਿਆਂ ਵਾਲੇ ਕਹਿੰਦੇ ਸੀ, ਪੱਕੀਆਂ ਇੱਟਾਂ ਅਸੀਂ ਲਾਈਆਂ ਸੀ, ਆਮ ਨਹੀਂ ਸੀ। ਮਸੀਤ ਹੈ ਸੀ ਤੁਹਾਡੇ ਪਿੰਡ 'ਚ ਉੱਥੇ? ਨਹੀਂ, ਕੋਈ ਨਹੀਂ, ਨਹੀਂ ਕੋਈ ਨਹੀਂ। ਚਲੋ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਗੱਲਬਾਤ।